ਉਧਰ ਇੰਤਜ਼ਾਰ ਦੀ ਘੜੀਆਂ ਖਤਮ ਹੋ ਚੁੱਕੀਆਂ ਗਿਆ ਐਪਲ ਨੂੰ ਪਸੰਦ ਕਰਨ ਵਾਲੇ ਦੁਨੀਆ ਭਰ ਦੇ ਵਿੱਚ ਲੋਕ ਮੌਜੂਦ ਹਨ ਕਿ ਐਪਲ ਨੇ ਹੁਣ ਨਵਾਂ ਆਈਫੋਨ 16 ਕੀਤਾ ਲਾਂਚ ਵਿਸ਼ੇਸ਼ਤਾਵਾਂ ਜਾਣੋ ਤੁਸੀਂ ਵੀ ਹੋ ਜਾਓਗੇ ਹੈਰਾਨ ਜੀ ਹਾਂ ਕੈਲੀਫੋਰਨੀਆ ਦੀ ਤਕਨੀਕੀ ਕੰਪਨੀ ਐਪਲ ਨੇ ਆਪਣੇ 18 ਸਾਲ ਤੋਂ ਵੱਡੇ ਲਾਂਚ ਇਵੈਂਟ ਵਿੱਚ ਆਈਫੋਨ 16 ਸੀਰੀਜ਼ ਨਵੇਂ ਮਾਡਲਾਂ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਨਵੀਂ ਲਾਈਨਅਪ ਵਿੱਚ ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਸ਼ਾਮਲ ਹਨ ਚਾਰ ਸੀਰੀਜ਼ ਵਿੱਚ ਲਾਂਚ ਕੀਤਾ ਗਿਆ ਹੈ ਕਿ ਸਾਰੇ ਨਵੇਂ ਡਿਵਾਈਸਾਂ 'ਚ ਕੰਪਨੀ ਨੇ ਹਾਰਡਵੇਅਰ ਅਧਾਰਿਤ ਕੈਮਰਾ ਕੰਟਰੋਲ ਬਟਨ ਸ਼ਾਮਲ ਕੀਤਾ ਹੈ ਜਿਸ ਨਾਲ ਫੋਟੋਗ੍ਰਾਫੀ ਦਾ ਤਜਰਬਾ ਕਾਫੀ ਬਿਹਤਰ ਹੋ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ A80 ਅਤੇ A80 Pro ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਅਪਗ੍ਰੇਡ ਮਿਲੇ ਹਨ ਅਤੇ Apple ਇੰਟੈਲੀਜੈਂਟ ਆਧਾਰਿਤ ਵਿਸ਼ੇਸ਼ਤਾਵਾਂ iPhone ਦੀ ਵਰਤੋਂ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਸਕਦੀਆਂ ਹਨ ਤੁਹਾਨੂੰ ਦੱਸ ਦੇ ਇੱਕ iPhone 60, 16 Plus ਫੀਚਰਸ Apple ਦੇ ਨਵਾਂ iPhone ਜਿਹੜਾ 16 ਏਰੋਸਪੇਸ ਗ੍ਰੇਡ ਐਲੂਮੀਨੀਅਮ ਡਿਜ਼ਾਈਨ ਦੇ ਨਾਲ ਆਉਂਦਾ ਹੈ ਅਤੇ ਇਸ ਨੂੰ ਪੰਜ ਨਵੇਂ ਕਲਰ ਵਿਕਲਪਾਂ ਨਾਲ ਲਾਂਚ ਕੀਤਾ ਗਿਆ ਹੈ ਇਸ ਦੀ ਗਲਾਸ ਸਿਰੇਮਿਕ ਸੀਲਡ ਨਾਲ ਬਿਹਤਰ ਸੁਰੱਖਿਆ ਦਿੱਤੀ ਗਈ ਹੈ ਗਿਆ ਆਈਫੋਨ 60 ਵਿਚ 61.1 ਇੰਚ ਦੀ ਡਿਸਪਲੇ ਹੈਗਾ ਆਈਫੋਨ 60 ਪਲੱਸ ਵਿੱਚ 6.7 ਇੰਚ ਦੀ ਡਿਸਪਲੇ ਹੈ ਇਸ ਤੋਂ ਇਲਾਵਾ ਨਵੀਂ ਡਿਵਾਈਸ ਅਤੇ ਐਕਸ਼ਨ ਬਟਨ ਅਤੇ ਹਾਰਡਵੇਅਰ ਦਾਰਿਤ ਕੈਮਰਾ ਕੰਟਰੋਲ ਵੀ ਦਿੱਤਾ ਗਿਆ ਹੈਗਾ Apple ਦੇ ਇਨ ਹਾਊਸ 6 ਕੋਰ CPU ਅਤੇ 5 ਕੋਰ GPU ਦੇ ਨਾਲ-ਨਾਲ 3nm ਅਤੇ A80 ਚਿਪਸ ਦੇ ਨਾਲ ਉਹ ਵਿਸ਼ੇਸ਼ Apple ਇੰਟੈਲੀਜੈਂਸ ਵਿਸ਼ੇਸ਼ਤਾਵਾਂ ਅਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਤੋਂ ਲਾਭ ਪ੍ਰਾਪਤ ਕਰਨਗੇ